ਕਿਸੇ ਨੇ ਅੱਖੀ ਵੇਖਣਾ ਹੋਵੇ ਤੇ ਆ ਜਾਓ ਅੰਮ੍ਰਿਤਸਰ, ਚਾਟੀ ਪਿੰਡ ਚੌਂਕ ਬਾਬਾ ਦੀਪ ਸਿੰਘ ਦਾ ਸਥਾਨ ਹੈ। ਮੇਰੇ ਖਿਆਲ 'ਚ ਐਤਵਾਰ 4-5 ਲੱਖ ਬੰਦਾ ਬਾਬਾ ਦੀਪ ਸਿੰਘ ਦੇ ਦਰ ਤੇ ਸੀਸ ਝੁਕਾਉਂਦਾ ਹੈ। ਚੁਪਹਿਰਾ ਕੱਢਦੀ ਸੰਗਤ, ਕਾਪੀ ਪੈਨ ਲੈ ਕੇ ਖਲੋ ਜਾਓ ਬਾਹਰ, ਜਿਹੜਾ ਨਿਕਲੇ ਉਹਨੂੰ ਪੁੱਛੋ ਵੀ ਤੈਨੂੰ ਕੀ ਮਿਲਿਆ, ਕਿੰਨੀਆਂ ਕਿਤਾਬਾਂ ਛਪ ਜਾਣਗੀਆਂ, ਤੇ ਬਾਬਾ ਦੀਪ ਸਿੰਘ ਕੌਣ ਨੇ, ਸਿੱਖ ਨੇ ਨਾ ਕਲਗੀਆਂ ਵਾਲੇ ਦੇ, ਇਹ ਚਾਬੀਆਂ ਨਹੀਂ ਦਿੱਤੀਆਂ, ਝੋਲੀਆਂ ਭਰਨ ਵਾਲਾ ਨਹੀਂ ਬਣਾਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਿਆਲਤਾ ਇੰਨੀ ਵੱਡੀ ਏ, ਝੋਲੀ ਭਰਦਾ ਨਹੀਂ, ਝੋਲੀਆਂ ਭਰਨ ਵਾਲਾ ਬਣਾ ਦਿੰਦਾ, ਦਿਆਲਤਾ ਇੰਨੀ ਵੱਡੀ ਏ, ਚਾਬੀਆਂ ਦੇ ਦਿੰਦਾ, ਗੱਜ ਕੇ ਆਖੋ ਸਤਨਾਮ ਚਾਬੀਆਂ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਕਹਿੰਦੇ ਗੁਰੂ ਦੀ ਦਿਆਲਤਾ ਇੰਨੀ ਵੱਡੀ ਏ, ਗੁਰੂ ਦਿਆਲੂ ਹੋ ਜੇ ਨਾ ਜੀਂਦਿਆਂ ਪਿੱਠ ਲੱਗਣ ਦਿੰਦਾ, ਨਾ ਮਰਨ ਤੋਂ ਬਾਅਦ ਪਿੱਠ ਲੱਗਣ ਦਿੰਦਾ।